ਬੀਬੀ ਨੀਰੂ ਬਾਜਵਾ ਤੇਰੀ ਮੂਵੀ ਆ ਬੂਹੇ ਬਾਰੀਆਂ ਜਿਹਦੇ ਵਿੱਚ ਅਰੇ ਮੈਂ ਉਹ ਤੁਹਾਡੀ ਫਿਲਮ ਤਾਂ ਨਹੀਂ ਵੇਖੀ ਇੱਕ ਸਾਡੀ ਬੀਬੀ ਆ ਜਿਹੜਾ ਵਿਰੋਧ ਕਰ ਰਹੀ ਆ ਕਿ ਉਹਦੇ ਵਿੱਚ ਫੁੱਲਨ ਦੇਵੀ ਬਾਰੇ ਕੁਝ ਮਾੜਾ ਸ਼ਬਦ ਕਿਹਾ ਗਿਆ ਔਰ ਮੈਨੂੰ ਕੋਈ ਨਾਲ ਦੇ ਸੱਜਣ ਨੇ ਦੱਸਿਆ ਉਹਦੇ ਵਿੱਚ ਕੋਈ ਤੁਹਾਡਾ ਟ੍ਰੇਲਰ ਆਇਆ ਉਹ ਆਂ ਦਾ ਵੀ ਉਹ ਟ੍ਰੇਲਰ ਦੇ ਵਿੱਚ ਕੋਈ ਤਾਸ਼ਤੂਜ ਖੇਢੀ ਜਾਂਦੀਆਂ ਹੁੰਦੀਆਂ ਤੇ ਨੀਰੂ ਬਾਜਵਾ ਕਹਿੰਦੀ ਆ ਇੰਨਾ ਵੱਡੀਆਂ ਫੁੱਲਨ ਦੇਵੀਆਂ ਜਾਂ ਤਾਂ ਫੁੱਲਨ ਦੇਵੀ ਬਾਰੇ ਪਤਾ ਕਰ ਲੋ ਐਵੇਂ ਫਿਲਮਾਂ ਦੇ ਵਿੱਚ ਤੁਸੀਂ ਕੁਝ ਨਾ ਕੋਈ ਮੈਂ ਪਹਿਲਾਂ ਜੀਵਨੀ ਦੱਸਦਾ ਤੁਹਾਨੂੰ ਉਹਨਾਂ ਦੀ ਛੋਟੀ ਉਮਰ ਸੀ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਫੁੱਲਨ ਦੇਵੀ ਦਾ ਮਾੜਾ ਮਾੜਾ ਮੈਨੂੰ ਯਾਦ ਆ ਬੀਬਾ ਜੀ ਜ਼ਰੂਰ ਦੱਸੂਗਾ 2019 ਦੇ ਵਿੱਚ ਪੜਿਆ ਸੀਗਾ ਉੱਥੋਂ ਆ ਭੱਜੇ ਭਜਾਏ ਉਹਨਾਂ ਨੇ ਰਿਸ਼ਤਾ ਛੱਡਿਆ ਉੱਥੇ ਤੰਗ ਪਰੇਸ਼ਾਨ ਹੋਏ ਔਰ ਮੈਂ ਤੁਹਾਨੂੰ ਉਹ ਗੱਲਾਂ ਨਹੀਂ ਦੱਸ ਰਿਹਾ ਵੀ ਜੋ ਉਹਨਾਂ ਦੇ ਨਾਲ ਹੋਈਆਂ ਸੀਗਾ ਫਿਰ ਉਹ ਜਦੋਂ ਕਹ ਲਓ ਵੀ ਜਿਹੜੇ ਜਦੋਂ ਡਾਕੂ ਨਾ ਪਿਆ ਤੇ ਡਾਕੂ ਕਾਹ ਤੋਂ ਪਿਆ ਉਹਨਾਂ ਦਾ ਲਗਭਗ 20 ਤੋਂ ਪਲੱਸ ਬੰਦੇ ਸੀ ਜਿਨ੍ਹਾਂ ਨੇ ਬਲਾਤਕਾਰ ਕੀਤਾ ਔਰ ਬਲਾਤਕਾਰ ਕਰਨ ਤੋਂ ਬਾਅਦ ਉਹਨਾਂ ਨੂੰ 22-23 ਦਿਨ ਰੱਖਿਆ ਗਿਆ ਭੁੱਖੇ ਤਿਆਹੇ 22-23 ਦਿਨਾਂ ਤੋਂ ਬਾਅਦ ਉਹਨੂੰ ਪਿੰਡਾਂ ਦੇ ਵਿੱਚ ਕਕਾਇਆ ਗਿਆ ਸੀ ਜਿਹੜਾ ਕਹ ਲੋ ਨੰਗੀ ਨੂੰ ਨੰਗੀ ਨੂੰ ਤੋਰਿਆ ਗਿਆ ਸੀਗਾ ਫੁੱਲਨ ਦੇਵੀ ਨੂੰ ਉਸ ਤੋਂ ਬਾਅਦ ਉਹਨਾਂ ਨੇ ਬੰਦੂਖ ਚੱਕੀ ਤੇ ਜਿਹੜੇ ਜਿਨ੍ਹਾਂ ਨੇ ਬਲਾਤਕਾਰ ਕੀਤਾ ਸੀਗਾ ਜਿਨ੍ਹਾਂ ਨੇ ਉਹਨਾਂ ਨੂੰ ਸਜ਼ਾ ਉਹਨੇ ਦਿੱਤੀ ਆਪ ਸਜ਼ਾ ਦਿੱਤੀ ਆ ਹੁਣ ਮੈਂ ਇਹ ਕਹਿਣਾ ਕਿ ਜੇ ਸਾਹਬ ਦੇ ਨਾਲ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਸਾਡੇ ਦੇਸ਼ ਦੇ ਵਿੱਚ ਬਲਾਤਕਾਰ ਹੁੰਦੇ ਆ ਤੇ ਇੱਥੇ ਕ ਇੱਥੇ ਵੱਡੀਆਂ ਕੁੜੀਆਂ ਛੋਟੀਆਂ ਕੁੜੀਆਂ ਵੱਡੀਆਂ ਦੇ ਨਾਲ ਤਾਂ ਕੇ ਸੋਨੇ ਸੀ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੋ ਗਏ ਮੈਂ ਤਾਂ ਉਦੋਂ ਕਹਾਂ ਸੀ ਵੀ ਇੱਥੇ ਕਈਆਂ ਨੂੰ ਫੁੱਲਨ ਦੇਵੀ ਮੰਨਣਾ ਪੈ ਜਾਣਾ ਪਰ ਤੁਹਾਨੂੰ ਫੁੱਲਨ ਦੇਵੀ ਦਾ ਪਤਾ ਤਾਂ ਹੈ ਨਹੀਂਗਾ ਤੁਸੀਂ ਕੋਈ ਵੀੜੀ ਮੂੰਹ ਚ ਪਾਏ ਨੂੰ ਕਹਿ ਦਿੰਨੇ ਆ ਫੁੱਲਨ ਦੇਵੀ ਜਦੋਂ ਕੋਈ ਆਪਾਂ ਫਿਲਮਾਂ ਦੇ ਵਿੱਚ ਵੇਖਦੇ ਨਾ ਕੋਈ ਕੁੜੀ ਦਾ ਗੁੱਸਾ ਮੜਾ ਤਾਂ ਉਹ ਚੜ ਗਿਆ ਹੋਣ ਗਣ ਕੇ ਆਈ ਵੱਡੀ ਫੁੱਲਨ ਦੇਵੀ ਮੈਂ ਜਾਣਤਾ ਹਾਂ ਤੁਝੇ ਫੁੱਲਨ ਦੇਵੀ ਕੋ ਸਭ ਤੋਂ ਵੱਡੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਵੀ ਉਹਨਾਂ ਨੇ ਤਾਂ ਭਾਈ ਸਾਹਿਬ ਏ ਜੋ ਕੋਈ ਫਿਲਮ ਦੀ ਸਟੋਰੀ ਨਹੀਂ ਗਈ ਜਿਹੜੀ ਮੈਂ ਤੁਹਾਨੂੰ ਦੱਸੀ ਜਾਂਦਾ ਇਹ ਲਿਖੀ ਹੋਈ ਆ ਇੱਥੇ YouTube ਤੇ ਕਿਸੇ ਨੇ ਮੂਵੀ ਬਣਾਈ ਸੋਨਾਂ ਜਿਮਨੀ ਤੇ ਤੁਸੀਂ ਉਹ ਮੂਵੀ ਦੇਖ ਲਿਆ ਜੇ ਇਹ ਬੀਬਾ ਨੀਰੂ ਬਾਜਵਾ ਤੁਹਾਨੂੰ ਦੱਸ ਰਹੀ ਆ ਹੁਣ ਸ਼ੁਕਰ ਕਰੋ ਹਲੇ ਮੈਂ ਉਹ ਮੂਵੀ ਨਹੀਂ ਵੇਖੀ ਜਦੋਂ ਮੈਨੂੰ ਉਹ ਮੂਵੀ ਦੇ ਵਿੱਚ ਪਤਾ ਲੱਗ ਗਿਆ ਵੀ ਫੁੱਲਨ ਦੇਵੀ ਵਾਰੇ ਆ ਸ਼ਬਦ ਵਰਤਿਆ ਗਿਆ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਕੀ ਗਲਤ ਕਿਹਾ ਕੀ ਸਹੀ ਕਿਹਾ ਇਹ ਤਾਂ ਸ਼ੁਕਰ ਕਰੋ ਕਿ ਮੈਂ ਗ੍ਰਹਿ ਮੰਤਰੀ ਨਹੀਂਗਾ ਜੇਕਰ ਮੈਂ ਗ੍ਰਹਿ ਮੰਤਰੀ ਹੁੰਦਾ ਹਰ ਇੱਕ ਆਉਣ ਵਾਲੀ ਮੂਵੀ ਜਿਹੜੀ ਪੰਜਾਬ ਚ ਲੱਗਣੀ ਸੀ ਮੈਂ ਉਹਦੇ ਵਿੱਚ ਸਿੱਕਟ ਕਿੰਨੇ ਵਾਰੀ ਯੂਜ਼ ਹੋਈ ਆ ਪਹਿਲਾਂ ਤਾਂ ਉਹ ਸੀਨ ਕਟਾ ਦਿਆ ਕਰਨੇ ਸੀ ਸ਼ਰਾਬ ਕਿੰਨੇ ਵਾਰੀ ਵਰਤੀ ਗਈ ਆ ਉਹ ਸੀਨ ਕਟਾ ਦਿਆ ਕਰਨੇ ਸੀ ਉਹਦੇ ਵਿੱਚ ਕਿਹੜੀ ਚੀਜ਼ਾਂ ਦੇ ਬ੍ਰਾਂਡ ਵਰਤੇ ਗਏ ਆ ਮੰਨ ਲਓ ਕੋ ਟਕੜੀਆਂ ਤਕੜੀਆਂ ਜਿਹੜੀਆਂ ਕੰਪਨੀਆਂ ਦੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਉਹ ਲਕੋਹਰਿਆ ਕਰਨੇ ਸੀ ਔਰ ਜਿਨੇ ਕੋਈ ਨਸ਼ਾ ਪ੍ਰਮੋਟ ਕਰਿਆ ਕਰਨਾ ਸੀ ਉਹਨੂੰ ਕਹਦਾ ਕਰਨਾ ਸੀ ਵੀ ਆ ਜਾ ਬੱਲਿਆ ਉਨੀ ਸਜ਼ਾ ਤਾਂ ਮੈਂ ਕਹਿੰਨਾ ਛੇਤੀ ਕਿਤੇ ਗੁਨਾਹਗਾਰਾਂ ਨੂੰ ਜਿੰਨੀ ਮੈਂ ਐਕਟਰਾਂ ਨੂੰ ਦੇਦਿਆ ਕਰਨੀ ਸੀ ਕਿਉਂਕਿ ਅੱਜ ਜਿਹੜੇ ਸਾਡੇ ਦੇਸ਼ ਦੇ ਵਿੱਚ ਆ ਨਸ਼ਾ ਸ਼ਰਾਬ ਆ ਸਿਕਟਾਂ ਬੀੜੀਆਂ ਇਹਨੂੰ ਲਿਆਉਣ ਵਾਲੇ ਐਕਟਰਾਂ ਕੋਈ ਮੰਤਰੀ ਨਹੀਂਗਾ ਇਹ ਫਿਲਮਾਂ ਦੇ ਵਿੱਚ ਮਸ਼ਹੂਰ ਹੋਣ ਵਾਲੀਆਂ ਇਹ ਨੂੰ ਮੈਂ ਗੱਲਾਂ ਤਾਂ ਕਿਉਂ ਕਰ ਰਿਆਂ ਇਹ ਤੁਹਾਡੇ ਐਕਟਰਾਂ ਦੇ ਨਾਲ ਇਹ ਸਹਿਮਤ ਹੁੰਦੀਆਂ ਗੱਲਾਂ ਇਹ ਲੱਗਦੀਆਂ ਇੱਕ ਪਾਸੇ ਫਿਲਮਾਂ ਦੇ ਵਿੱਚ ਤੁਸੀਂ ਗਰੀਬੀ ਦਾਵਾ ਵਿਖਾ ਰਹੇ ਨੇ ਆ ਬੀਬਾ ਜੀ ਜਿਹੜੀ ਫੁੱਲਨ ਦੇਵੀ ਸੀ ਉਹ ਤੁਹਾਡੇ ਤਰ੍ਹਾਂ ਕੋਈ ਡਰਾਮੇਬਾਜ਼ ਨਹੀਂ ਸੀਗੀ ਉਹਨਾਂ ਦੇ ਨਾਲ ਜੋ ਹੋਇਆ ਮੈਂ ਤੁਹਾਨੂੰ ਦੱਸ ਦਿੱਤਾ ਕਿ ਬਲਾਤਕਾਰ ਕਰਕੇ ਉਹਨੂੰ 22 ਦਿਨ ਉਹਨੂੰ ਕੋਲ ਰੱਖਿਆ ਗਿਆ ਫਿਰ ਨੰਗੀ ਵੇਖੋ ਮੈਂ ਤਾਂ ਸ਼ਬਦ ਬੋਲਦਾ ਮੈਨੂੰ ਤਾਂ ਸ਼ਰਮ ਆਉਂਦੀ ਹੈ ਚੀਜ਼ ਕਿ ਉਹਨਾਂ ਨੂੰ ਬੇਪਰਦ ਉਹ ਕੋਈ ਕੱਪੜਾ ਨਹੀਂ ਜਾ ਕੇ ਖੂਤ ਜਿਹੜਾ ਕਹਿ ਲਓ ਪਿੰਡਾਂ ਦੇ ਵਿੱਚ ਤੋਰਿਆ ਗਿਆ ਫਿਰ ਉਹਦੇ ਵਿੱਚ ਮਜਬੂਰੀ ਮਾਰਾ ਬੰਦਾ ਕਰੂਗਾ ਕੀ ਉਹ ਵੇਲੇ ਕੁਝ ਹੋਰ ਸੀਗੇ ਬਾਦ ਦੇ ਵਿੱਚ ਉਹਨਾਂ ਕੋਲ ਕੋਈ ਰਾਜਨੀਤਿਕ ਕਹਿੰਦੇ ਰਾਜਨੀਤੀ ਪਦਵੀ ਰਹੀ ਉਹਨਾਂ ਦੇ ਕੋਲ ਪਰ ਬੀਬਾ ਜੀ ਇਹ ਹੋ ਗਿਆ ਤੁਹਾਨੂੰ ਗੱਲ ਦੱਸ ਦਿੱਤੀ ਉਹ ਤੁਹਾਡੇ ਤਰ੍ਹਾਂ ਬੇਰੂਪੀਏ ਨਹੀਂ ਸੀਗੇ ਵੀ ਕੋਈ ਫਿਲਮ ਦੇ ਵਿੱਚ ਕਹਤਾ ਆਏ ਹਾਏ ਸੋਨਿਓ ਲੈਣਾ ਵਾਲੀ ਸ਼ਰਟ ਬਾਦ ਦੇ ਵਿੱਚ ਕਦੇ ਕਿਤੇ ਆਪਾਂ ਕਹ ਇਹ ਬੀਬਾ ਜੀ ਰੋਲ ਤੁਸੀਂ ਕਰ ਰਹੇ ਆ ਠੀਕ ਆ ਤੁਹਾਡੀ ਐਕਟਿੰਗ ਆ ਤੁਸੀਂ ਕਰ ਰਹੇ ਆ ਪਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹਚਾਓ ਹੁਣ ਜਿਹੜੇ ਆ ਮੈਂ ਇਹ ਕਹੂੰਗਾ ਵੀ ਜਿੰਨੇ ਲੋਕ ਆ ਸਾਰੇ ਚੁੱਪਚਾ ਬੈਠੇ ਆ ਬੀਬਾ ਅਮਨਿਤ ਕੋਰ ਐਸਐਸਪੀ ਜੀ ਸਾਡੇ ਫਾਜ਼ਲ ਕਾ ਵੀ ਰਹਿ ਕੇ ਗਏ ਆ ਉਹਨਾਂ ਦੀਆਂ ਮੈਂ ਫੋਟੋ ਵੇਖ ਰਿਹਾ ਉਹ ਫੋਟੋ ਮਾ ਪਾ ਰਹੇ ਆ ਨੀਰੂ ਬਾਜਵਾ ਦੇ ਨਾਲ ਕਿਸੇ ਇੱਕ ਅਫਸਰ ਨੇ ਵੀ ਨਹੀਂ ਕਿਹਾ ਕਿ ਤੁਸੀਂ ਮਾਫੀ ਮੰਗ ਲਓ ਕੀ ਗੱਲ ਬਾਈ ਜੇਕਰ ਤੁਹਾਨੂੰ ਕੋਈ ਗੱਲਾਂ ਕਹਿ ਦੇ ਆਈਪੀਸੀ 499 ਆਈਪੀਸੀ 400 504 ਆਈਪੀਸੀ 506 ਆਈਪੀਸੀ ਫਲਾਨੀ ਆਈਪੀਸੀ ਆਈਪੀਸੀਓ ਸੀਆਰਪੀਸੀ ਆ ਤੁਸੀਂ ਉਹਦਾ ਸਾਰੀਆਂ ਧਾਰਾਂ ਲਾ ਦਿੰਨੇ ਆ ਅੱਜ ਜਦੋਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹਚਾਈ ਜਾ ਰਹੀ ਆ ਉਹਦੇ ਤੇ ਸਰਕਾਰ ਕਿਉਂ ਚੁੱਪਾ ਮੈਂ ਅੱਸੀ ਭਾਈਚਾਰੇ ਦੀ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਸੀ ਪਰ ਜਿੰਨੀਆਂ ਘੁੰਗਣੀਆਂ ਲੈ ਕੇ ਆਹ ਭਗਵਾਨ ਤੁਮਨ ਮੂੰਹ 'ਚ ਬੈਠਾ ਇਹਨਾਂ ਦੇ ਹੱਕਾ ਮਾਰ ਰਿਹਾ ਉਹਨਾਂ ਕੋਈ ਨਹੀਂ ਬੈਠਾ ਹੋਊਗਾ ਮੈਂ ਭਗਵਾਨ ਤੁਮਨ ਤੇ ਮੈਨੂੰ ਕੋਈ ਕਿੱਲਾ ਸ਼ਿਕਵਾ ਨਹੀਂ ਮੈਂ ਉਹਨੇ ਗੱਲ ਕਹਿਣਾ ਵੀ ਜਿਹੜੇ ਲਗਭਗ 30-35 ਐਮਐਲਏ ਬੈਠੇ ਐਸੀ ਭਾਈਚਾਰੇ ਦੇ ਜਦੋਂ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਉਦੋਂ ਤੁਸੀਂ ਕੱਛਾਂ 'ਚ ਲੈ ਲੈਨੇ ਹੱਥ ਅਸੀਂ ਤਾਂ ਗਰੀਬ ਭਾਈਚਾਰੇ ਦੇ ਆ ਦਲਿਤ ਭਾਈਚਾਰੇ ਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਵੀ ਆਪੇ ਜਿੰਨੀਆਂ ਫੌਜਾਂ ਪਿੱਠੇ ਬੈਠੀਆਂ ਉਹ ਆਪੇ ਉੱਠ ਕੇ ਸਾਡੇ ਅੱਗੇ ਆਉਣਗਾਂ ਤੇ ਕਹਿਣਗੇ ਐਸੀ ਭਾਈਚਾਰਾ ਜਿੰਦਾਬਾਦ ਜਦੋਂ ਅੱਜ ਉਹਨਾਂ ਨਾਲ ਧੱਕੇਸ਼ਾਹੀ ਹੋ ਰਹੀਆਂ ਤਾਂ ਤੁਸੀਂ ਆਪਦੇ ਮੂੰਹ 'ਚ ਘੁੰਗਣੀਆਂ ਨਾ ਪਾਓ ਆ ਲਾਹਵ ਸਿੰਘ ਉੱਗੋ ਕੇ ਬੜਾ ਗੱਜਦਾ ਯਾਰ ਤੂੰ ਅੱਜ ਕੀ ਹੋ ਗਿਆ ਅੱਜ ਜਮਾਨ ਕਿਉਂ ਨਹੀਂ ਨਿਕਲਦੀ ਕਿਉਂ ਨਹੀਂ ਬੋਲਿਆ ਜਾਂਦਾ ਜੇਕਰ ਨਹੀਂ ਬੋਲਿਆ ਜਾਂਦਾ ਕੋਈ ਦਿਹਾੜੀ ਮੇਰੇ ਨਾਲ ਲਾਲਾ ਫਿਰ ਕਰੇ ਚੁੱਪਣੀ ਹੁੰਦਾ ਯਾਦ ਰੱਖ ਲਈ ਗੱਲ ਬੋਲੀ ਜਾਏ ਕਰੇਗਾ ਬੋਲੀ ਜਾਏ ਕਰੇਗਾ ਮੇਰੀ ਇਹ ਬੇਨਤੀ ਹੈ ਨੀਰੂ ਬਾਜਵਾ ਨੂੰ ਔਰ ਮੌਜੂਦਾ ਸਰਕਾਰ ਨੂੰ ਸਾਡੇ ਅਫਸਰ ਸਹਿਬਾਨਾਂ ਨੂੰ ਕਿ ਭਾਈ ਸਾਹਿਬ ਤੁਸੀਂ ਸਾਰੇ ਦੇ ਸਾਰੇ ਪਹਿਲਾਂ ਫੂਲਨ ਦੇਵੀ ਬਾਰੇ ਸਰਚ ਕਰ ਲੋ ਵੀ ਕੀ ਸੀ ਡਾਕੂ ਕਿਉਂ ਬਣੀ ਸੀ ਡਾਕੂ ਕਹਣਾ ਸੌਖਾ ਹੁੰਦਾ ਪਰ ਇਹ ਫਿਲਮਾਂ ਦਾ ਰੋਲ ਕਰ ਕਰਕੇ ਇਹਨਾਂ ਨੂੰ ਪੈਸੇ ਦਾ ਹੰਕਾਰ ਹੋਇਆ ਪਿਆ ਬੀਬੀ ਨੀਰੂ ਬਾਜਵਾ ਨੂੰ ਫਿਰ ਵੀ ਮੈਂ ਕਹੂੰਗਾ ਸਾਡੇ ਪੰਜਾਬ ਦੀ ਧੀ ਪਹਿਣਾ ਮਾਫੀ ਵੀ ਮੰਗੋ ਕਿ ਸੈਂਸਰ ਬੋਰਡ ਨੂੰ ਮੈਂ ਬੇਨਤੀ ਕਰਦਾ ਕਿ ਜਿਹੜਾ ਸੀਨ ਉਹ ਫੁੱਲਨ ਦੇਵੀ ਵਾਲਾ ਜੋ ਵੀ ਗਲਤ ਵਰਤ ਮੈਂ ਹਲੇ ਮੂਵੀ ਨਹੀਂ ਵੇਖੀ ਮੈਂ ਤਾਂ ਵੇਖੀ ਜਾਂ ਨਾ ਪਤਾ ਨਹੀਂ ਜੇ ਕੁਝ ਬੋਲਿਆ ਹੁੰਦਾ ਫਿਰ ਮੈਂ ਉਹਦੇ ਹਿਸਾਬ ਨਾਲ ਬੋਲਣਾ ਸੀ ਸ਼ੁਕਰ ਕਰ ਉਹ ਮੈਂ ਸੁਣਿਆ ਨਹੀਂ ਵੇਲੇ ਬੋਲਿਆ ਕੀ ਆ ਪਰ ਮੈਂ ਵਾਰ-ਵਾਰ ਦੱਸ ਰਿਹਾ ਸਾਰੇ ਐਕਟਰ ਸਾਹਿਬਾਨਾਂ ਨੂੰ ਕਿ ਨਸ਼ਾ ਭੜੀਆਂ ਭੜੀਆਂ ਕੰਪਨੀਆਂ ਤਗੜੇ ਤਗੜੇ ਬ੍ਰਾਂਡ ਸਿਕਟਾਂ ਬੀੜੀਆਂ ਮਸ਼ਹੂਰ ਕਰਨ ਵਾਲੇ ਜੇ ਹੋਇਆ ਤੂੰ ਐਕਟਰ ਹੋਇਆ ਕੋਈ ਮੰਤਰੀ ਨਹੀਂ ਹੋਇਆ ਕੋਈ ਅਫਸਰ ਨਹੀਂ ਹੋਇਆ ਜੇਕਰ ਬੀੜੀ ਦੀ ਗੱਲ ਕਰੀਏ ਕਰੋੜਾਪਤੀ ਹੁੰਦਾ ਬੰਦਾ ਫਿਲਮ ਦੇ ਵਿੱਚ ਬੀੜੀ ਪੀਂਦਾ ਵੀ ਆਪੇ ਬੀੜੀ ਮਸ਼ਹੂਰ ਹੋ ਜਾਏ ਸਿਕਟ ਪੀਨੇ ਆ ਤੁਸੀਂ ਆਪੇ ਸਿਕਟ ਮਸ਼ਹੂਰ ਹੋ ਜਾਏ ਆਖੇ ਜਾ ਮੈਨੂੰ ਟੈਨਸ਼ਨ ਹੋਈ ਪਈ ਆ 5 ਰੁਪਏ ਕੀ ਸਿਕਟ ਲੈ ਕੇ ਆ ਉਹ ਸਿਕਟ ਲੈ ਕੇ ਆਉਂਦਾ ਸੂਟਾ ਮਾਰਦਾ ਇੰਨਾ ਦਿਮਾਗ ਮੈਂ ਕਹਿੰਦਾ ਕਿਸੇ ਸਾਇੰਸਦਾਨ ਦਾ ਨਹੀਂ ਹੁੰਦਾ ਜਿੰਨਾ ਐਕਟਰ ਸਿੱਕਟ ਪੀ ਕੇ ਪੰਜਾਂ ਦੀ ਧਮ ਗੇਮ ਕਮਾ ਦਿੰਦਾ ਜੇਕਰ ਟੈਨਸ਼ਨ ਲੈਂਦੀ ਸੀ ਸਿੱਕਟ ਦੇ ਨਾਲ ਤਾਂ ਫਿਰ ਆ ਜਿਹੜੇ ਦਿਮਾਗੀ ਡਾਕਟਰ ਕਾਹਨੂੰ ਬਣਾਏ ਸਿੱਕਟਾਂ ਹੀ ਬਣਾ ਸਿੱਕਟਾਂ ਹੀ ਤਗੜੀਆਂ ਕਰ ਦਿੰਦੇ ਇਹਦੇ ਨਾਲੋਂ ਤਾਂ ਕਿਸੇ ਨੂੰ ਦਿਮਾਗ ਕਿਸੇ ਦਿਮਾਗ ਸੈੱਟ ਕਰਨਾ ਸੇ ਮਹਿੰਗੀਆਂ ਗੋਲੀਆਂ ਕਾਤੋਂ ਆ ਕਿਉਂ ਟ੍ਰੀਟਮੈਂਟ ਹੁੰਦਾ ਉਹਨਾਂ ਦਾ ਪੰਜਾਂ ਦੀ ਸਿੱਕਟ ਦਿਆ ਕਰੋ ਜੇ ਚਿੱਟਿਆਂ ਦੀ ਗੱਲ ਕਰੀਏ ਤਾਂ ਚਿੱਟੇ ਲੋਕਾਂ ਨੇ ਵੇਖੇ ਨਹੀਂ ਸੀ ਪਹਿਲਾ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਮਸ਼ਹੂਰ ਕੀਤੇ ਕਿ ਆਹ ਭਾਈ ਹੀਰੋਇਨ ਕੋ ਇਹ ਮੈਂ ਕੀ ਕਹਾਂ ਵਿਸਕ ਵਿਸਕੀਆਂ ਤੁਹਾਡੇ ਗਾਣਿਆਂ ਤੋਂ ਮਸ਼ਹੂਰ ਹੋਈਆਂ ਸ਼ਰਾਬਾ ਤੁਸੀਂ ਲੈ ਕੇ ਆਏ ਸਰਕਾਰਾਂ ਬਾਅਦ ਚ ਕੁਝ ਲੈ ਕੇ ਆਉਂਦੀਆਂ ਮੈਂ ਕਿਉਂ ਵਾਰ-ਵਾਰ ਕਹਿ ਰਿਹਾ ਕਿ ਤੁਹਾਡਾ ਮੰਤਰੀਆਂ ਨਾਲੋਂ ਜ਼ਿਆਦਾ ਐਕਟਰਾਂ ਦਾ ਯੋਗਦਾਨ ਤੁਸੀਂ ਫਿਲਮਾਂ ਦੇ ਵਿੱਚ ਹੱਦੋਂ ਵੱਧ ਅੱਧਾ ਘੰਟਾ ਉਹ ਚੀਜ਼ ਪਹਿਨਦੇ ਆ ਪਹਿਨਦੇ ਆ ਉਹ ਡਰੈੱਸ 15 ਤੋਂ 20 ਮਿੰਟ ਪਹਿਨਦੇ ਆ ਪਰ ਜਿਹੜੀ ਤੁਹਾਡੀ ਲਈ ਹੋਈ ਡਰੈਸ ਮਤਲਬ ਪਾਈ ਹੋਈ 15 20 ਮਿੰਟ ਡਰੈਸ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਜਾਂ ਤਾਂ ਜੇਕਰ ਕਿਸੇ ਵਿਅਕਤੀ ਨੇ ਪਾਈ ਆ ਜਾਂ ਕਿਸੇ ਚਾਹਿਓ ਕਿਸੇ ਲੇਡੀਜ਼ ਨੇ ਐਕਟਿੰਗ ਦੌਰਾਨ ਡਰੈਸ ਪਾਈ ਆ ਫਿਰ ਉਹ ਡਰੈਸ ਪੱਕੀ ਹੋ ਜਾਂਦੀ ਆ ਜੇ ਕਿਸੇ ਨੇ ਪਹਿਲੇ ਬਟਨ ਪਾਲੀ ਫਿਰ ਬੈਲ ਬਟਨ ਹੀ ਪਾ ਲੋ ਮੇਰੀ ਬੇਨਤੀ ਆ ਬੀਬਾ ਜੀ ਕੋਈ ਇਹੋ ਜਿਹਾ ਕੰਮ ਕਰੋ ਕਿ ਜਿਹਦੇ ਨਾਲ ਸਾਡਾ ਪੰਜਾਬ ਤਰੱਕੀ ਦੇ ਰਾਹਾਂ ਦੇ ਵਿੱਚ ਆਵੇ ਨਾ ਕਿ ਭਾਈਚਾਰ ਆਪਸ ਵਿੱਚ ਖਰਾਬ ਹੋਵੇ ਐਨੀ ਕ ਮੇਰੀ ਬੇਨਤੀ ਆ ਨੀਰੂ ਬਾਜਬਾ ਨੂੰ ਨਹੀਂ ਪਤਾ ਹੋਣਾ ਇਸ ਕਰਕੇ ਸ਼ਬਦ ਵਰਤ ਰਹੇ ਆ ਤੁਸੀਂ ਡਾਕੂ ਫੂਲਨ ਦੇਵੀ ਬਾਰੇ ਸਰਚ ਕਰ ਲਓ YouTube ਤੇ ਪਈ ਹੋਣੀ ਆ ਮੂਵੀ ਜਾ ਕੇ ਦੇਖ ਲਿਆ ਜੇ ਬਾਅਦ ਦੇ ਵਿੱਚ ਮਾਫੀ ਮੰਗ ਲਿਆ ਜੇ ਭਲਾ ਪਰ ਉਦੋਂ ਪਹਿਲਾਂ ਮੈਂ ਸੈਂਸਰ ਨੂੰ ਦੁਬਾਰਾ ਫਿਰ ਬੇਨਤੀ ਕਰ ਦਿੰਨਾ ਕਿ ਮੇਰੀ ਬੇਨਤੀ ਆ ਜੀ ਆਪ ਅੱਗੇ ਸਰਕਾਰ ਅੱਗੇ ਬੇਨਤੀ ਆ ਕਿ ਜਿਹੜੇ ਵੀ ਅ ਸ਼ਬਦ ਫੂਲਨ ਦੇਵੀ ਵਰਤੇ ਵਾਸਤੇ ਗਏ ਆ ਜਿਹੜੇ ਵੀ ਫੂਲਨ ਦੇਵੀ ਨਾਂ ਦਿੱਥੇ ਵਰਤਿਆ ਗਿਆ ਉਹਨੂੰ ਚਪਚਾਪ ਉਥੋਂ ਫਿਲਮ ਜਿਹੜੀ ਕੱਲ ਉਥੋਂ ਸੀਨ ਕੱਟ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਅਫਸਰ ਸਾਹਿਬਾਨਾਂ ਨੂੰ ਬੇਨਤੀ ਆ ਜੇ ਤੁਸੀਂ ਮੌਕੇ ਤੇ ਕੋਈ ਕਾਰਵਾਈ ਕਰ ਦੋ ਮਤਲਬ ਕਾਰਵਾਈ ਜ਼ਰੂਰੀ ਨਹੀਂ ਕਿ ਨੀਰੂ ਬਾਜ ਬੰ ਨੂੰ ਅੰਦਰ ਤੁਨਾ ਪਹਿਲਾਂ ਸਾਰੇ ਆਪ ਪਤਾ ਕਰੋ ਵੀ ਉਹ ਹੈ ਕੌਣ ਸੀ ਚਾਹੇ ਕੋਈ ਵੀ ਆ ਹੁਣ ਕੱਲ ਨੂੰ ਕੋਈ ਇਹ ਨਾ ਗੱਲ ਹੋਵੇ ਸਵਿੱਤਰੀ ਬਾਈ ਫੂਲੇ ਜੀ ਬਾਰੇ ਗੱਲ ਕਰਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਅੱਦੇ ਨਾਲੋਂ ਜੋਤੀਬਾ ਫੂਲੇ ਜੀ ਬਾਰੇ ਗੱਲ ਕਰਦੇ ਵੇ ਜੇ ਗੱਲ ਕਰੀਏ ਤਾਂ ਡਾਕਟਰ ਭੀਮrao ਅੰਬੇਦਕਰ ਜੀ ਦੇ ਬਾਰੇ ਇੰਨਾ ਤਾਂ ਪਤਾ ਵੀ ਉਹਨੇ ਵੋਟ ਬਣਾਈ ਆ ਇੰਨਾ ਤਾਂ ਪਤਾ ਵੀ ਉਹਨੇ ਸੰਵਿਧਾਨ ਲਿਖਿਆ ਪਰ ਲਿਖਿਆ ਕਾ ਤੋ ਸੀ ਇਹ ਅਜੇ ਤੱਕ ਪਤਾ ਨਹੀਂ ਲੱਗਿਆ ਲੋਕਾਂ ਨੂੰ ਮਨੁਵਾਦ ਦਾ ਨਾਲ ਇੰਨੇ ਮਨੁਵਾਦ ਪਤਾ ਹੀ ਨਹੀਂ ਵੀ ਕੀ ਚੀਜ਼ ਆ ਸਰਚ ਕਰੋਗੇ ਤਾਂ ਕਿਤੇ ਪਤਾ ਲੱਗੂਗਾ ਜੇ ਗੱਲ ਕਰੀਏ ਤਾਂ ਮੈਂ ਕਹਿੰਨਾ ਵੀ ਕਿੰਨਾ ਕਿੰਨਾ ਦੇ ਤੁਹਾਨੂੰ ਨਾਂ ਦੱਸੀਏ ਪ੍ਰਤਿਮਾ ਜੀ ਜਿਨ੍ਹਾਂ ਨੇ ਜਨ ਤਨ ਤੱਕ ਅੰਦੋਲਨ ਚਲਾਇਆ ਸੀ ਅੱਜ ਤਾਂ ਫਿਲਮਾਂ ਦੇ ਵਿੱਚ ਅੱਜ ਆਪਣੇ ਕਈ ਇਹੋ ਜਿਹੇ ਮੈਂ ਉਹ ਸ਼ਹਿਰਾਂ ਬਜ਼ਾਰਾਂ ਦੇ ਨਾਂ ਤਾਂ ਨਹੀਂ ਲੈਂਦਾ ਪਰ ਇਸ ਟਾਈਮ ਕੀ ਹੁੰਦਾ ਕਿ ਅੱਜਕੱਲ ਮੈਂ ਹੁਣ ਫਿਰ ਕਹਾਂਗੇ ਸਾਨੂੰ ਰੋਕਿਆ ਜਾ ਰਿਹਾ ਮੈਂ ਭਾਈ ਜੀ ਕਿਸੇ ਨੂੰ ਰੋਕਦਾ ਨਹੀਂਗਾ ਪਰ ਉਹਨਾਂ ਬਾਰੇ ਤਨ ਤੱਕ ਉਹ ਅੰਦੋਲਨ ਉਹਨਾਂ ਨੇ ਚਲਵਾਇਆ ਸੀ ਉਦੋਂ ਤਨ ਢਗਨ ਦੀ ਆਜ਼ਾਦੀ ਨਹੀਂ ਸੀ ਔਰਤਾਂ ਨੂੰ ਜਿਹੜੇ ਗਰੀਬ ਘਰ ਸੀ ਛੂਦਰ ਛੂਦਰ ਕਹਿ ਲਿਏ ਜਾਂ ਛੂਦਰ ਜਿਹੜਾ ਵਰਨ ਕਹਿੰਦੇ ਉਹਨਾਂ ਨੂੰ ਕਹਿ ਲੀਏ ਤਉ ਉਦੋਂ ਬਾਅਦ ਉਹਨਾਂ ਨੇ ਅੰਦੋਲਨ ਚਲਵਾਏ ਸੀ ਬੜੀਆਂ ਗੱਲਾਂ ਜਾ ਕੇ ਪਤਾ ਤਾਂ ਕਰ ਲੋ ਉਹਨਾਂ ਬਾਰੇ ਫਿਰ ਫਿਲਮਾਂ 'ਚ ਆਜੋ ਜੇ ਫਿਰ ਪਤਾ ਲੱਗ ਜੂ ਤੁਹਾਨੂੰ ਆਪਕ ਨੀਰਾ ਪੂਰਾ ਪੈਸਾ ਨਹੀਂ ਹੋਊਗਾ ਵੀ ਪੈਸਾ ਆ ਜੇ ਬਸ ਚੱਲ ਪਿਆ ਕੰਮ ਭਾਈ ਥੋੜਾ ਜਿਹਾ ਪਤਾ ਕਰ ਲੋ ਇਹਨਾਂ ਬਾਰੇ ਮੇਰੀ ਇਹ ਬੇਨਤੀ ਆ ਤੇ ਨੀਰੂ ਬਾਜਵਾ ਜਲਦ ਤੋਂ ਜਲਦ ਮਾਫੀ ਮੰਗਣ ਮਾਫੀ ਵੀ ਮੰਗਣ ਤੇ ਜਿਹੜਾ ਉਹ ਰੋਲ ਕੀਤਾ ਜੇਕਰ ਫਿਲਮ ਤੁਹਾਡੀ ਬੀਬਾ ਜੀ ਚੰਗੀ ਆ ਜ਼ਰੂਰ ਲੋਕ ਵੇਖਣਗੇ ਔਰ ਨਾਲ ਹੀ ਤੁਹਾਡਾ ਜਿਹੜਾ ਕੰਮ ਹੁੰਦਾ ਤੁਹਾਨੂੰ ਸਾਰੇ ਭਾਈਚਾਰਿਆਂ ਦੀ ਲੋੜ ਹੁੰਦੀ ਆ ਜੇ ਕਰ ਤਾਂ ਐਸੀ ਭਾਈਚਾਰਾ ਤੁਹਾਡੀਆਂ ਫਿਲਮਾਂ ਨੂੰ ਤਿਆਗ ਦੇਵੇ ਤਾਂ ਫਿਰ ਐਕਟਿੰਗਾਂ ਨਹੀਂ ਫਿਰ ਯਾਦ ਰੱਖੋ ਫਿਰ ਘਰੇ ਆਪਦੇ ਕੰਮ ਹੀ ਕਰੋਗੇ ਇਹ ਮੈਂ ਫਿਰ ਮੈਂ ਕੋਈ ਜਾਤਪਾਤ ਪਾ ਨਹੀਂ ਰਿਹਾ ਹਾਂ ਦਾ ਪਰ ਯਾਰ ਪੁਰਾਣੇ ਪਹਿਲਾਂ ਸਰਚ ਤਾਂ ਕਰ ਲੋ ਉਹਨਾਂ ਬਾਰੇ ਜਿਨ੍ਹਾਂ ਨਾਲ ਤੁਸੀਂ ਗੱਲਾਂ ਕਰੀ ਜਾਂਦੇ ਆ ਉਹਨਾਂ ਬਾਰੇ ਚੰਗਾ ਤੁਸੀਂ ਫਲਾ ਨਹੀਂ ਸਕਦੇ ਮਾਰਾ ਤਾਂ ਨਾਂ ਫਲੋ ਆਪਾਂ ਨੂੰ ਇੰਨਾ ਕੁ ਪਤਾ ਬਸ ਆਪਾਂ ਐ ਕਰਤੇ ਜੀ ਆ ਕਰਤੇ ਪਹਿਲੇ ਇਹਨਾਂ ਬਾਰੇ ਪਤਾ ਕਰੋ ਵੀ ਕੀ ਸਿਸਟਮ ਆ ਕੌਣ ਸੀ ਇਹ ਕਿਉਂ ਕੀਤਾ ਇਹਨਾਂ ਨੇ ਪਤਾ ਹੀ ਨਹੀਂ ਆਪਾਂ ਨੂੰ ਜਿੰਨਾਂ ਨੂੰ ਕਿ ਬੀਬਾ ਜੀ ਮੇਰੀ ਬੇਨਤੀ ਹੈ ਤੁਸੀਂ ਉਹ ਕਰੋ ਮਾਫੀ ਮੰਗੋ ਜਿਹੜੇ ਤੁਹਾਡੇ ਰੋਲ ਹੋਏ ਉਹਨਾਂ ਕ ਸੀਨ ਕੱਟ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਮੈਂ ਕੁਝ ਗਲਤ ਬੋਲਿਆ ਵਾ ਉਹਦੇ ਵਾਸਤੇ ਮਾਫੀ ਚਾਹੁੰਦਾ ਮੈਨੂੰ ਲੱਗਦਾ ਕਿ ਜਿਹੜੀ ਇਹ ਮੇਰੀਆਂ ਗੱਲਾਂ ਭੀਬੀ ਜਿਹੜੀ ਇੱਥੇ ਐਸਐਸਪੀ ਰੱਕ ਗਿਆ ਮਨੀਤਕੌਰ ਮੈਂ ਮਾਫੀ ਚਾਹੁੰਨਾ ਜੇਕਰ ਨਾਮ ਦੇ ਵਿੱਚ ਕੋਈ ਮਿਸਟੇਕ ਹੋ ਰਹੀ ਹੋਵੇ ਤੁਸੀਂ ਉਹਨਾਂ ਨੂੰ ਫੋਨ ਕਰੋ ਤੁਹਾਡੇ ਕੋਲ ਨੀਰੂ ਬਾਜਵਾ ਦਾ ਨੰਬਰ ਆ ਗਿਆ ਹੋਣਾ ਉਹਨਾਂ ਨੂੰ ਕਹੋ ਜੀ ਮਾਫੀ ਮੰਗੋ ਉਦੋਂ ਪਹਿਲਾਂ ਤੁਸੀਂ ਵੀ ਫੂਲਨ ਦੇਵੀ ਬਾਰੇ ਥੋੜਾ ਜਿਹਾ ਸਰਚ ਕਰ ਲਓ